ਤੁਸੀਂ ਦੇਖ ਰਹੇ ਹੋ ਸਾਂਝ ਟੀਵੀ ਨਿਊਜ਼ ਪੋਰਟਲ, ਜਿਹਦੇ ਵਿੱਚ ਅਸੀਂ ਤੁਹਾਨੂੰ ਦਿਖਾਉਂਦੇ ਰਹਾਂਗੇ ਨਿਊਜ਼ ਅਪਡੇਟ, ਸਪੈਸ਼ਲ ਸਟੋਰੀਜ਼, ਲਾਈਵ ਕਨਸਰਟ ਤੇ ਇਦਾਂ ਦੀਆਂ ਹੋਰ ਵੀ ਗਤੀਵਿਧੀਆਂ ਨੂੰ ਦੇਖਣ ਲਈ ਸਬਸਕ੍ਰਾਈਬ ਕਰੋ ਸਾਡਾ ਯੂਟਿਊਬ ਚੈਨਲ। ਨੀਚੇ ਦਿੱਤੇ ਹੋਏ ਸਬਸਕ੍ਰਾਈਬ ਐਂਡ ਬੈਲ ਦੀ ਆਪਸ਼ਨ ਤੇ ਕਲਿੱਕ ਕਰੋ ਤਾਂ ਕਿ ਅਸੀਂ ਸਾਡੀਆਂ ਲੇਟੈਸਟ ਅਪਡੇਟਸ ਨੂੰ ਤੁਹਾਡੇ ਤੱਕ ਪਹੁੰਚਾ ਸਕੀਏ। ਪੰਜਾਬ ਟੈਕਸੀ ਆਪਰੇਟਰ ਯੂਨੀਅਨ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਡਿਪਟੀ ਕਮਿਸ਼ਨਰ ਦੇ ਦਫ਼ਤਰ ਦੇ ਅੱਗੇ ਰੋਸ ਪ੍ਰਦਰਸ਼ਨ ਕੀਤਾ ਗਿਆ। ਯੂਨੀਅਨ ਦੀ ਮੰਗ ਸੀ ਕਿ ਕੇਂਦਰ ਸਰਕਾਰ ਦੁਆਰਾ ਵਧਾਈ ਗਈ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ 'ਚ ਕਮੀ ਕੀਤੀ ਜਾਵੇ। ਇਸ ਮੌਕੇ ਯੂਨੀਅਨ ਦੇ ਪ੍ਰਧਾਨ ਨੇ ਕਿਹਾ ਕਿ ਸਰਕਾਰ ਵੱਲੋਂ ਵਧਾਈਆਂ ਗਈਆਂ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਕਾਰਨ ਉਹਨਾਂ ਨੂੰ ਬਹੁਤ ਮੁਸ਼ਕਲ ਆ ਰਹੀ ਹੈ ਅਤੇ ਆਰਥਿਕ ਹਾਨੀ ਹੋ ਰਹੀ ਹੈ। ਇੱਕ ਤਾਂ ਤੇਲ ਦੀਆਂ ਕੀਮਤਾਂ ਘੱਟ ਕੀਤੀਆਂ ਜਾਣ, ਇੱਕ ਜਿਹੜੀ ਓਲਾ ਕੰਪਨੀ ਟੈਕਸੀ ਗੱਡੀਆਂ ਚਲਾ ਰਹੀ ਹੈ ਇਹਨਾਂ 'ਤੇ ਕਾਬੂ ਪਾਇਆ ਜਾਵੇ। ਇਹ ਵਿਦੇਸ਼ੀ ਕੰਪਨੀਆਂ ਸਾਡੇ ਕਾਰੋਬਾਰ ਨੂੰ ਠੱਪ ਕਰ ਰਹੀਆਂ ਜੀ। ਅਤੇ ਦੂਜੀ ਗੱਲ ਇਹ ਹੈ ਜੀ, ਸਾਡੀਆਂ ਮੰਗਾਂ ਨੇ ਜਿਹੜੇ ਆਰਟੀਓ ਦਫ਼ਤਰ ਬਣਾਏ ਗਏ ਨੇ, ਜਿਵੇਂ ਮੋਹਾਲੀ ਸਾਨੂੰ ਜਾ ਕੇ PP1 ਪਰਮਿਟ ਚੁੱਕਣਾ ਪੈਂਦਾ ਵਾ, ਇਹ ਜ਼ਿਲ੍ਹੇ ਵਾਈਜ਼ ਕੀਤਾ ਜਾਵੇ। ਉਹਨੇ ਦੱਸਿਆ ਜੀ ਠੀਕ ਆ, ਕਿਸੇ ਨੇ ਹਾਈਵੇ ਲਾਇਸੈਂਸ ਬਣਾਉਣਾ ਹੋਵੇ ਉਹਦੇ ਵਾਸਤੇ ਆਪਾਂ ਨੂੰ ਮੁਕਤਸਰ, ਯਾਨੀ ਕਿ ਇੱਥੋਂ ਘੱਟ ਤੋਂ ਘੱਟ ਵੀ ਜ਼ਿਆਦਾ 150 ਕਿਲੋਮੀਟਰ ਚੱਲ ਕੇ ਜਾਣਾ ਪੈਂਦਾ। ਸਾਡੀਆਂ ਮੰਗਾਂ ਇਹੀ ਹੈ ਕਿ ਉਹ ਆਪਣੇ ਜ਼ਿਲ੍ਹੇ ਦੇ ਵਿੱਚ ਅਥਾਰਟੀ ਹੋਣੀ ਚਾਹੀਦੀ ਆ ਕਿ ਸਾਡੀ ਟੈਕਸੀ ਨਾਲ ਕੋਈ ਵੀ ਮਤਲਬ ਸਮੱਸਿਆ ਆਉਂਦੀ ਹੈ, ਸਾਡੇ RTO ਸਾਹਿਬ ਜਾਂ ਜ਼ਿਲ੍ਹਾ ਦੇ ਵਾਈਜ਼ ਹੈਗੇ ਨੇ, ਉੱਥੇ ਉਹ ਸਾਰਾ ਉਹਨਾਂ ਦਾ ਉੱਥੇ ਹੀ ਸਾਰਾ ਰਿਕਾਰਡ ਹੋਣਾ ਚਾਹੀਦਾ ਵਾ, ਉੱਥੇ ਹਰ ਇੱਕ ਸਮੱਸਿਆ ਦਾ ਹੱਲ ਹੋਣਾ ਚਾਹੀਦਾ। ਇਹ ਸੰਘਰਸ਼ ਹੋਰ ਤੇਜ਼ ਕਰਾਂਗੇ, ਇਹ ਤਾਂ ਅੱਜ ਸਿਰਫ ਇੱਕ ਐਜ਼ ਏ ਟੈਲਰ ਜਿਹਨੂੰ ਆਪਾਂ ਕਹਿ ਸਕਦੇ ਹਾਂ ਕਿ ਜਿੱਦਾਂ 22 ਦੇ 22 ਜ਼ਿਲ੍ਹਿਆਂ ਦੇ ਵਿੱਚ ਆਪਣੇ ਜਿੰਨੀਆਂ ਜਥੇਬੰਦੀਆਂ ਹੈਗੀਆਂ ਨੇ ਸਾਰੇ ਪੰਜਾਬ ਟੈਕਸੀ ਯੂਨੀਅਨ ਦੇ ਪ੍ਰਧਾਨਾਂ ਦੇ ਨਾਲ ਰਲ ਕੇ ਜ਼ਿਲ੍ਹੇ ਵਾਈਜ਼ ਪੂਰੇ 22 ਦੇ 22 ਜ਼ਿਲ੍ਹਿਆਂ ਦੇ ਵਿੱਚ ਮੋਮੈਂਟਮ ਦਿੱਤਾ ਗਿਆ। ਠੀਕ ਨੇ ਕਿ ਪੰਜਾਬ ਸਰਕਾਰ ਦੀਆਂ ਅੱਖਾਂ ਵੀ ਖੋਲ੍ਹੀਆਂ ਜਾ ਰਹੀਆਂ ਨੇ, ਠੀਕ ਹੈ, ਜਿਹੜੀ ਹੋਰ ਹੀ ਧੱਕੇਸ਼ਾਹੀ ਹੈ ਸਾਡੇ ਨਾਲ ਕਿ ਉਹ ਬੰਦ ਕੀਤੀ ਜਾਵੇ। ਠੀਕ ਹੈ, ਇੱਕ ਪਾਸੇ ਤਾਂ ਅਸੀਂ ਰੋਡ ਟੈਕਸ ਵੀ ਦਿੰਦੇ ਹਾਂ, ਇੱਕ ਪਾਸੇ ਹੀ ਗੱਡੀ ਦਾ ਸਰਵਿਸ ਟੈਕਸ ਵੀ ਦਿੰਦੇ ਹਾਂ ਕਿ ਸਾਡੇ ਉੱਤੇ 2-2 ਵਜਨ ਕਿਉਂ ਪੈ ਰਹੇ। ਹਾਂਜੀ ਹਾਂਜੀ ਬਿਲਕੁਲ ਜੀ, ਟੂਲ ਪਲਾਜ਼ੇ ਬੰਦ ਕੀਤੇ ਜਾਣ, ਜਦੋਂ ਆਪਾਂ ਗੱਡੀ ਲੈ ਰਹੇ ਹਾਂ ਅਸੀਂ ਓਨ ਰੋਡ ਗੱਡੀ ਚਲਾ ਰਹੇ ਹਾਂ, ਠੀਕ ਹੈ ਨਾ, 15 ਸਾਲ ਦਾ ਟੈਕਸ ਪੇ ਕਰ ਰਹੇ ਹਾਂ, ਫਿਰ ਸਾਨੂੰ ਦੁਬਾਰਾ ਰੋਡ ਟੈਕਸ ਦੇਣ ਦੀ ਕੀ ਲੋੜ ਹੈ। ਠੀਕ ਹੈ, ਉਸ ਤੋਂ ਬਾਅਦ ਸਾਡੀ ਵੀ ਰੋਡ ਟੈਕਸ ਲੈ ਰਹੇ ਨੇ, ਸਾਡੀ ਮੰਨ ਲਓ ਕਿਤੇ ਗੱਡੀ ਖਰਾਬ ਹੋ ਜਾਂਦੀ ਕੁਛ ਹੋ ਜਾਂਦਾ, ਕੋਈ ਵੀ ਟੂਲ ਪਲਾਜ਼ੇ ਵਾਲਾ ਉੱਥੇ ਨਹੀਂ ਜਾਂਦਾ। ਜੇ ਨਹੀਂ ਤਾਂ ਉਸ ਠੇਕੇਦਾਰ ਦਾ ਉੱਥੋਂ ਦਾ ਹੈਗਾ ਵਾ ਕਿ ਜੇ ਆਪਣਾ ਇੱਥੇ ਰੋਡ ਟੈਕਸ ਟੂਲ ਟੈਕਸ ਬਣਿਆ ਹੈਗਾ ਵਾ, ਠੀਕ ਹੈ, ਇਹਦਾ 230 ਰੁਪਏ ਇਹਨਾਂ ਨੇ ਮੁੱਲ ਮਤਲਬ ਰੱਖਿਆ ਹੈਗਾ ਵਾ। ਠੀਕ ਹੈ, ਇੱਥੇ ਕਿਸੇ ਦੀ ਕੋਈ ਗੱਡੀ ਖਰਾਬ ਹੋ ਜਾਂਦੀ ਤੁਸੀਂ ਫੋਨ ਕਰਕੇ ਦੇ ਲਓ, ਤੁਹਾਡੀ ਮਦਦ ਵਾਸਤੇ ਭਾਈ ਕੋਈ ਨਹੀਂ ਪਹੁੰਚੇਗਾ। ਹਾਂਜੀ, ਉਹ 750 ਰੁਪਏ ਦਾ ਇਹ ਦੱਸਣਾ ਚਾਹਾਂਗਾ ਮੈਂ ਕਿ ਜਿਹੜਾ 750 ਰੁਪਏ ਦੇ ਵਿੱਚ ਹੈਗਾ ਵਾ ਟੈਕਸੀ ਦੀ ਜਿਹੜੀ ਇੱਕ ਸਵਾਰੀ ਹੈ, ਜਿਵੇਂ 6-1 ਪਲੱਸ 7 ਸੀਟਰ ਹੁੰਦੀ ਗੱਡੀ ਹੁੰਦੀ ਹੈ, ਠੀਕ ਹੈ ਜੀ, ਡਰਾਈਵਰ ਨੂੰ ਛੱਡ ਕੇ ਜਿਹੜੀਆਂ ਬਾਕੀ ਸੀਟਾਂ ਹੈਗੀਆਂ ਨਾ ਉਹ ਇੱਕ ਸ਼ੀਟ ਦਾ 700 ਰੁਪਇਆ 750 ਰੁਪਇਆ ਸਾਨੂੰ ਮਤਲਬ 6 ਮਹੀਨਾ ਦਾ ਦੇਣਾ ਪੈਂਦਾ। ਠੀਕ ਹੈ, ਅਸੀਂ ਕਹਿੰਦੇ ਕਿ ਉਸ ਚੀਜ਼ ਨੂੰ ਘਟਾਇਆ ਜਾਵੇ ਕਿ ਉਹ 400 ਰੁਪਏ ਦੇ ਦਾਇਰੇ ਦੇ ਵਿੱਚ ਲਿਆਂਦਾ ਜਾਵੇ ਤਾਂ ਕਿ ਉਹ ਸਾਰੇ ਵੀਰ ਜਿੰਨੇ ਵੀ ਪ੍ਰਾਈਵੇਟ ਚਲਾਉਂਦੇ ਨੇ ਉਹ ਵੀ ਪਰਮਿਟ ਪਾ ਸਕਣ। ਹਾਂਜੀ, ਉਹਦੇ ਵਿੱਚ ਇਹ ਕਿ ਜਿਵੇਂ ਛੋਟਾ ਹਾਥੀ ਆ, ਠੀਕ ਹੈ, ਭਾਰ ਢੋਣ ਵਾਲੀਆਂ ਗੱਡੀਆਂ ਨੇ ਉਹ ਸਾਡੇ ਸਵਾਰੀਆਂ ਜਿਹੜੀਆਂ ਹੈਗੀਆਂ ਚੱਕ ਕੇ ਲੈ ਜਾ ਰਹੇ, ਉਸ ਚੀਜ਼ ਦੇ ਉੱਤੇ ਨਾਥ ਵੀ ਪਾਈ ਜਾਵੇ ਕਿ ਜਿਹੜੀ ਉਹ ਚੀਜ਼ਾਂ ਹੈਗੀਆਂ ਨੇ ਉਹ ਬੰਦ ਕੀਤੀਆਂ ਜਾਣ ਕਿ ਜਿਹੜੀ ਪ੍ਰਾਈਵੇਟ ਵਹੀਕਲ ਹੈਗੇ ਨੇ, ਠੀਕ ਹੈ, ਜਿਵੇਂ ਭਾਰ ਢੋਣ ਵਾਲੇ ਨੇ ਉਹਨਾਂ ਨੂੰ ਉਹਨਾਂ ਦੀ ਕੈਟਾਗਰੀ ਦੇ ਵਿੱਚ ਰੱਖਿਆ ਜਾਵੇ, ਜਿਹੜੀ ਸਵਾਰੀ ਵਹੀਕਲ ਹੈਗੇ ਨੇ ਇਹਨਾਂ ਨੂੰ ਇਹਨਾਂ ਦੀ ਕੈਟਾਗਰੀ ਦੇ ਵਿੱਚ ਰੱਖਿਆ ਜਾਵੇ। ਤਰਨ ਤਾਰਨ ਤੋਂ ਅਮਨਦੀਪ ਮਨਚੰਦਾ ਦੀ ਰਿਪੋਰਟ। ਤੁਸੀਂ ਦੇਖ ਰਹੇ ਹੋ ਸਾਂਝ ਟੀਵੀ ਨਿਊਜ਼ ਪੋਰਟਲ, ਜਿਹਦੇ ਵਿੱਚ ਅਸੀਂ ਤੁਹਾਨੂੰ ਦਿਖਾਉਂਦੇ ਰਹਾਂਗੇ ਨਿਊਜ਼ ਅਪਡੇਟ, ਸਪੈਸ਼ਲ ਸਟੋਰੀਜ਼, ਲਾਈਵ ਕਨਸਰਟ ਤੇ ਇਦਾਂ ਦੀਆਂ ਹੋਰ ਵੀ ਗਤੀਵਿਧੀਆਂ ਨੂੰ ਦੇਖਣ ਲਈ ਸਬਸਕ੍ਰਾਈਬ ਕਰੋ ਸਾਡਾ ਯੂਟਿਊਬ ਚੈਨਲ। ਨੀਚੇ ਦਿੱਤੇ ਹੋਏ ਸਬਸਕ੍ਰਾਈਬ ਐਂਡ ਬੈਲ ਦੀ ਆਪਸ਼ਨ ਤੇ ਕਲਿੱਕ ਕਰੋ ਤਾਂ ਕਿ ਅਸੀਂ ਸਾਡੀਆਂ ਲੇਟੈਸਟ ਅਪਡੇਟਸ ਨੂੰ ਤੁਹਾਡੇ ਤੱਕ ਪਹੁੰਚਾ ਸਕੀਏ।